औज़ु बिल्लाहि मिनश शैतानिर रजीम, बिस्मिल्लाहिर रहमानिर रहीम। अस्सलाम वालेकुम दोस्तों, आप देख रहे हैं इत्मार टीवी और मैं हूं आपका दोस्त फखरबाज सावल। जैसा कि दोस्तों की खिदमत में रोजाना एक नवी तो नवी वीडियो लेकर हाजिर होने, आज भी माशाल्लाह मुश्ताक अहमद बट्टू साहब के छह जानवरों की वीडियो लेकर हाजिर हो, जिनमें छेवें मझा ने माशाल्लाह पहलना और दूजना इंशाल्लाह नस्ल जात आलियां खूबसूरत और मुनासिब रेटा तो मझा लैके हाजिर हो। उम्मीद करने के वीडियो तुम्हें पसंद आई, वीडियो देखने पहले साढ़े चैनल करना सबसक्राइब, वीडियो ज्यादा से ज्यादा शेयर करना, लाइक करना और माशाल्लाह का कमेंट जरूर करना है। पहली तारीख नौवा महीना सन 2023 और वार जुमातुल मुबारक दा जुमे का दिन मेरी तरफ सारे दोस्तों मुबारक होवे। तो इंशाल्लाह तुहानू छे मझां दिखाने, एड्रैस है 441 गाबे सादा वाला तहसील समुंदरी जिला फैसलाबाद। फैसलाबाद तुहाडा समुंदरी तू 8 से 9 किलोमीटर की दूरी ते जी 441 गाबे सादा वाला अड्डा स्टाप है सादा वाला जी। ਲਾਹੌਰ ਤੋਂ ਮੁਲਤਾਨ ਆਉਣ ਵਾਲੀ ਜਿਹੜੀ ਮੋਟਰਵੇ ਹੈ ਨਾ M3 ਮੋਟਰਵੇ ਦਾ ਸਮੁੰਦਰੀ ਇੰਟਰਚੇਂਜ, ਉਸ ਤੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ 441 ਗਾਬੇ ਸਾਦਾ ਵਾਲਾ ਪਿੰਡ। ਐਡਰੈਸ ਬਾਰ ਬਾਰ ਦੱਸਣ ਦਾ ਮਤਲਬ ਇਹੀ ਹੁੰਦਾ ਕਿ ਲੋਕੇਸ਼ਨ ਦੀ ਕੋਈ ਪ੍ਰੋਬਲਮ ਨਾ ਦੋਸਤਾਂ ਨੂੰ ਰਵੇ, ਮਜ਼ੀਦ ਨੰਬਰ ਦਿੱਤਾ ਹੁੰਦਾ ਹੈ ਇਨਸ਼ਾਅੱਲਾ ਨੰਬਰ ਤੇ ਰਾਬਤਾ ਕਰਕੇ ਤੁਸੀਂ ਇਸ ਲੋਕੇਸ਼ਨ ਤੇ ਪਹੁੰਚ ਸਕਦੇ ਹੋ। ਨੰਬਰ ਹੈ ਮੇਰਾ 0341 45 43 379, ਇਹੀ ਵਟਸਐਪ ਨੰਬਰ ਹੈ, ਲੋਕਲ ਨੰਬਰ ਹੈ। ਮੁਸ਼ਤਾਕ ਭਾਈ ਆਪਣਾ ਨੰਬਰ ਦੱਸ ਦੇਣ, ਜਨਰਲ ਡਿਟੇਲ ਨਾਲ ਲਾਲ ਦਿੰਦੇ ਹਾਂ ਜੀ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਮਾਸ਼ਾਅੱਲਾ ਵੇਖਦੇ ਹੋ ਜਾਨਵਰ ਬੜੇ ਖੂਬਸੂਰਤ ਜਾਨਵਰ ਹੁੰਦੇ ਨੇ, ਬੜਾ ਪਿਆਰ ਹੈ ਮੁਹੱਬਤ ਹੈ ਦੋਸਤਾਂ ਦੀ। ਤੇ ਅੱਜ ਵੀ ਮਾਸ਼ਾਅੱਲਾ ਬੜੇ ਖੂਬਸੂਰਤ ਤੇ ਬੜੇ ਕੱਦਾਂ ਵਾਲੀਆਂ ਮਈਆਂ ਨੇ ਤੇ ਮੁਨਾਸਿਬ ਰੇਟਾਂ ਤੇ ਨੇ। ਤੇ ਜ਼ੀਰੋ ਨੰਬਰ ਹੈ ਮੇਰਾ 0340 87 82 441। ਬਾਕੀ ਤੁਹਾਨੂੰ ਇਨਸ਼ਾਅੱਲਾ ਨਸਲ ਜ਼ਾਤ ਵਿਖਾਣੀ ਹੈ, ਜੂ ਦਿਖਾਣੀ ਹੈ, ਇੰਨੀ ਇੱਕ ਜੋਟੀ ਹੋ ਗਈ ਹੈ ਜਿਹਨੇ ਮੈਂ ਹੱਥ ਕਰਦਾ ਪਿਆ। ਲੇਕਿਨ ਤੁਸੀਂ ਥੱਲਾ ਦੇਖਣਾ ਹੁੰਦਾ ਔਰ ਦੁੱਧ ਦਾ ਪਤਾ ਕਰਨਾ, ਬਿਲਕੁਲ ਨਸਲ ਜ਼ਾਤ ਵਾਲੀ ਗੱਲ ਸਿਰੇ ਸਾਬਿਤ ਇਹ ਕਰਨੀ ਹੈ ਕਿ ਕੱਦਾਂ ਤੇ ਵੇਲਾਂ ਤੇ ਔਰ ਮੋਟਾਪੇ ਤੇ ਨਹੀਂ ਗੱਲ ਮੁੱਕਦੀ, ਗੱਲ ਮੁੱਕਦੀ ਨਸਲ ਜ਼ਾਤ ਤੇ। ਜੂ ਦੀਆਂ ਜੋਟੀਆਂ ਔਰ ਨਸਲ ਦੀਆਂ ਨਸਲ ਜ਼ਾਤ ਵਾਲੀਆਂ ਔਰ ਰਾਵੀ ਦੇ ਇਲਾਕੇ ਦੀਆਂ ਮੱਝਾਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ ਜੀ। ਕੈਮਰਾਮੈਨ ਪਹਿਲ ਨੰਬਰ ਤੇ ਦਿਖਾਓ ਜੀ। ਜੀ ਪਹਿਲ ਨੰਬਰ ਤੇ ਜਾਨਵਰ ਦਿਖਾ ਰਹੇ ਹਾਂ, ਡਿਟੇਲ ਦਿਓ ਮੁਸ਼ਤਾਕ ਭਾਈ। ਕਿੰਨੇ ਦਿਨ ਲੈਂਦੀ ਜੀ? ਡਾਂਗ 10 ਕੱਢਦੀ ਹੈ ਜੀ, 8-10 ਦਿਨ ਲੈਂਦੀ ਜੀ, 8-10 ਲੈਂਦੀ ਹੈ, ਮਤਲਬ ਜ਼ਿਆਦਾ ਲੈ ਲੈਂਦੀ ਹੈ। ਕੈਮਰਾਮੈਨ ਮੁਕੰਮਲ ਜ਼ਿੰਮੇਦਾਰੀ ਨਾਲ ਪੂਰੀ ਮੱਝ ਦਿਖਾ, ਬਾਕੀ ਗੱਲ ਬਾਤ ਅਸੀਂ ਕਰ ਲੈਂਦੇ ਹਾਂ ਇਨਸ਼ਾਅੱਲਾ। ਮੁੱਠੀ ਬਰ ਪਿਆਰਾ ਖੂਬਸੂਰਤ ਥਾਣ, ਚੰਗੇ ਕਾਦ ਦੀ, ਚੰਗੀ ਵੇਲ ਦੀ ਔਰ ਛੋਟੀ ਛੋਟੀ ਸਿੰਗੀ, ਬਿਲਕੁਲ ਤਿੰਨ ਉਂਗਲਾ ਰੱਖੋ, ਲੁਕਦੀ ਏਦਾਂ ਸਿੰਗੀ ਹੈ ਬਿਲਕੁਲ ਤੁਹਾਡੇ ਸਾਹਮਣੇ, ਇਹ ਵੇਖੋ ਛੋਟੀ ਛੋਟੀ ਸਿੰਗੀ ਬਿਲਕੁਲ। ਬਾਕੀ ਵਾੜੇ ਦੀ ਮੱਝ ਹੈ ਬਿਲਕੁਲ ਜੂ ਦੀ ਔਰ ਦੁਨੀ ਕੋਲੀ ਬਿਲਕੁਲ ਦੇਖੋ ਨਾ ਆਉਂਦੇ ਬਰਾਬਰ, ਕੈਮਰਾਮੈਨ ਕੋਲ ਹੀ ਦਿਖਾ ਮੈਂ ਨਾ, ਬਿਲਕੁਲ ਜਿਵੇਂ ਹੈ ਹੀ ਨਹੀਂ, ਔਰ ਦੁਨੀ ਦਿਖਾ ਦਿਓ ਬਿਲਕੁਲ ਬਰੀਕ ਜੋਟੀ ਤੁਹਾਡੇ ਸਾਹਮਣੇ। ਮੁਸ਼ਤਾਕ ਭਾਈ ਪਹਿਲੇ ਸੁਬਹ ਸੂਣ ਵਾਲੀ ਹੈ, 8-10 ਦਿਨ ਲੈਂਦੀ ਹੈ, ਕੀਮਤ ਕਰੋ ਪਹਿਲਾਂ ਨੂੰ ਮਾਈ ਨੂੰ ਐਡੇ ਕੱਦ ਤੇ ਐਡੀ ਵੇਲ ਪੁੱਠੇ ਮਾਈ ਨੂੰ ਨਹੀਂ ਲੱਗਦੇ ਐਡੀਆਂ, ਬਿਲਕੁਲ ਬੜਾ ਸੋਹਣਾ ਜਾਨਵਰ ਹੈ ਬਿਲਕੁਲ ਮਾਸ਼ਾਅੱਲਾ ਖੂਬਸੂਰਤ। ਮਾਈ ਦੀਆਂ ਅੱਖਾਂ ਬਿੱਲੀਆਂ, ਅੱਗੋਂ ਮੱਥਾ ਬਿਲਕੁਲ ਅੱਖਾਂ ਬਿੱਲੀਆਂ ਔਰ ਸੋਹਣੀ ਨਿਗਾ ਨਿਗਾ ਸੇਂਗਾ ਮਾਈ ਨੂੰ ਜੀ। ਮਾਈ ਪੂਰੀ ਗੁਜਰਾਤ ਗੁਜਰਾਂ ਵਾਲੇ ਜਾਣ ਮਾਈ ਪੂਰੀ, ਐਡੇ ਕੱਦ ਪਹਿਲਾਂ ਨੂੰ ਨਹੀਂ ਲੱਗਦੇ ਗੁਜਰਾਤ ਵਾਲਿਆਂ ਵਾਸਤੇ ਬਿਲਕੁਲ ਏਦਾਂ ਦੀ ਮੱਝ ਬੜੀ ਪਸੰਦ ਕਰਦੇ ਨੇ ਜੀ। ਮੁਸ਼ਤਾਕ ਭਾਈ ਬਾਕੀ ਗੱਲਬਾਤ ਸਾਰੀ ਹੋ ਗਈ, ਇਹਦੀ ਕੀਮਤ ਕਰੋ ਜੀ। ਵਾੜੇ ਦੀ ਮੱਝ ਡਰਦੀ ਸਾਰੀ ਭੱਜਦੀ ਹੈ ਕੈਮਰੇ ਤੋਂ ਬਿਲਕੁਲ ਜੀ। ਕੀਮਤ ਜਿਹੜੀ ਹੈ
ਤਿੰਨ ਲੱਖ ਤੇ 30,000 ਰੁਪਇਆ ਲਾ ਲੈਣਾ ਹੈ। ਬਿਲਕੁਲ ਦਿਖਾ ਨਾ ਕੈਮਰਾਮੈਨ ਤਸੱਲੀ ਨਾਲ ਦੇਖੋ, ਬਿਲਕੁਲ ਬਹੁਤ ਕਾਦੀ ਮਾਲ ਇਹਨਾਂ ਮੱਝਾਂ ਦੇ ਵਿੱਚ ਜਾ ਕੇ ਰੋਕਿਆ ਨਾ ਪਤਾ ਲੱਗੇ ਵੀ ਮੱਝਾਂ ਦੇ ਵਿੱਚ ਕਾਦ ਦਿੰਦੇ ਸਾਰੀਆਂ ਦੇ ਵਿੱਚ ਆਇਆ ਜ਼ਿਆਦਾ ਜਾਂ ਨਹੀਂ ਹੈ। ਲੈ ਚਲੋ ਉੱਥੇ 3,30,000 ਰੁਪਏ ਕਰਦੇ ਪਏ ਨੇ ਫਾਈਨਲ, ਪਿਆਰ ਮੁਹੱਬਤ ਕਰਕੇ ਫਾਈਨਲ ਦੱਸੋ ਜੀ। 3,25,000 ਰੁਪਏ ਦੋਸਤਾਂ ਨਾਲ ਪਿਆਰ ਮੁਹੱਬਤ ਹੋਏਗਾ, ਇਨਸ਼ਾਅੱਲਾ ਹੋ ਜਾਏਗਾ। ਠੀਕ ਹੈ ਜੀ, ਦੂਸਰੇ ਨੰਬਰ ਦਿਖਾ ਕੈਮਰਾਮੈਨ, ਦਿਖਾ ਦੇ ਕਾਦ ਮੱਝਾਂ ਦੇ ਵਿੱਚੋਂ ਸਾਰੀਆਂ ਦੇ ਵਿੱਚ ਉੱਚਾ ਹੈ ਜਾਂ ਨਹੀਂ ਹੈ ਕਾਦ। ਠੀਕ ਹੈ, ਅੱਗੇ ਦੂਸਰੇ ਨੰਬਰ ਤੇ ਦਿਖਾਓ ਜੀ। ਜੀ ਅੱਗੇ ਦੂਸਰੇ ਨੰਬਰ ਤੇ ਦਿਖਾ ਰਹੇ, ਡਿਟੇਲ ਦਿਓ ਜੀ। ਪਹਿਲਾ ਸੁਬਾਹ ਸੋਹਣਾ ਝੋਟੀ ਨੇ, ਇਹਨੇ ਵੀ ਪਹਿਲਾ ਸੁਬਾਹ ਸੋਹਣਾ ਹੈ। ਠੀਕ ਹੋ ਗਿਆ, ਡਾਂਗੇ ਵੀ 10-8-10 ਲੈਂਦੀ ਜੇ ਉਹਨੇ 8-10 ਦਿਨ ਲੈਂਦੀ ਹੈ ਵੀ ਜੀ। ਮੁੱਠ ਭਰ ਥਾਨ ਅੰਬਾ ਮਰੰਗਾ, ਬਟਨ ਦਿਖਾ ਦਿਓ ਕੈਮਰਾਮੈਨ, ਮੁੱਠੀ ਭਰ ਥਾਨ ਬਿਲਕੁਲ ਖੂਬਸੂਰਤ ਅੰਬਾ ਵਰਗਾ ਥਾਨ, ਪਰ ਪੁੱਠੇ ਪੁੜੇ ਦੀ ਸੋਹਣੀ ਦਿਖਾ ਜੇ ਇੱਕ ਗੱਡੀ ਦੇ ਮਾਲਕ। ਪੁੱਠਾ ਕਿੱਡਾ ਮਾਇਨ ਖੁੱਲਾ ਢਾਕਾ ਮਾਇਨੀਆਂ ਕਿੱਥੇ ਪਹਿਲਾਂ ਨੂੰ ਲੱਗੀਆਂ ਨੇ, ਬਿਲਕੁਲ ਛੋਟੀ ਛੋਟੀ ਸਿੰਗੀ, ਬਿਲਕੁਲ ਨਸਲ ਜ਼ਾਤ ਵਾਲੀ, ਇੱਕ ਰੰਗ ਕਾਲੀ ਜੋਟੀ, ਬਿਲਕੁਲ ਸਿਰ ਪੂਜ ਦਾ ਸਿੱਟਾ ਸਫੈਦ ਹੈ। ਬਾਕੀ ਕੈਮਰਾ ਮੈਨ ਇਸ ਸਾਈਡ ਦਿਖਾ ਹੁਣ ਤਸੱਲੀ ਨਾਲ, ਮਾਇਨ ਦਾ ਪੋਲਿੰਗ ਮਾਇਨ ਬਣਾ ਬਹੁਤ ਕਰਨਾ ਕੁੱਲਾ ਇਨਸ਼ਾਅੱਲਾ। ਬਿਲਕੁਲ ਜੀ, ਤੁਹਾਡੇ ਸਾਹਮਣੇ ਲਿਆ ਵੇਖੋ ਨਾ, ਤੁਸ ਲੈਣ ਆਈ ਜਿਵੇਂ ਮਰਜ਼ੀ ਭਲੇੜ ਲੋ, ਆ ਵੇਖੋ ਗੁੱਛੀ ਮੁੱਛੀ ਜਿਵੇਂ ਮਰਜ਼ੀ ਕਰ ਲੋ। ਇਸ ਸਿਰ ਦਿਖਾ ਨਾ ਮਾਇ ਦਾ ਸਿਰ ਕਿੱਡਾ ਸੋਹਣਾ ਮਾਸ਼ਾਅੱਲਾ, ਬਿਲਕੁਲ ਇਹ ਕਾਲੇ ਰੰਗ ਦੀ ਬਿਲਕੁਲ ਸਿਆਹ ਜੋਟੀ, ਤੁਹਾਡੇ ਅੱਖਾਂ ਵੀ ਕਾਲੀਆਂ, ਸਿਰੇ ਪੂਜ ਤੇ ਸਿੱਟਾ ਸਫੈਦ, ਦੁਨੀ ਕੋਲ ਨਾਲ ਦਿਖਾ ਲੈ ਜੀ। ਪਹਿਲੇ ਸੂਏ ਦੇ ਵਿੱਚ 8-10 ਦਿਨ ਇਹ ਵੀ ਲੈਂਦੀ ਹੈ। ਹਾਂਜੀ ਭਾਈ, ਫਿਰ 8-10 ਦਿਨ ਕਾਰ ਦੀ ਮਾਨ ਥਾਣ ਵੇਖੋ ਕਿੱਡਾ ਪਿਆਰਾ ਲੱਗਾ। ਬਿਲਕੁਲ ਜੀ, ਸਾਰਾ ਕੈਮਰਾ ਮੇਰਾ ਦਿਖਾ ਰਿਹਾ ਤਸੱਲੀ ਨਾਲ, ਔਰ ਦੋਸਤ ਦੇਖ ਰਹੇ ਤੇ ਸਕੀਮਾ ਦੱਸੋ ਕੀ ਲੈਣੀ ਜੇ। 3,30,000 ਰੁਪਇਆ ਭਾਈ ਫਿਰ ਇਹਦਾ ਲੈ ਲੈਣਾ ਆਪਾਂ, ਪਿਆਰ ਨੰਬਰ ਕਰਕੇ ਫਾਈਨਲ ਲਿਖੋਗਾ। 25 ਦੀ ਫਾਈਨਲ ਦੇ ਦਿਆਂਗੇ, 25 ਦੀ ਇਹ ਵੀ ਮਤਲਬ ਪਹਿਲੇ ਨੰਬਰ ਵਾਲੀ ਵੀ 3-25 ਦੀ ਤੇ ਦੂਸਰੇ ਨੰਬਰ ਵਾਲੀ ਵੀ 3-25 ਦੀ। ਯਕੀਨ ਕਰੋ ਏਡੀਆਂ ਵੱਡੀਆਂ ਇਹਨਾਂ ਮੁੱਲਾਂ ਤੇ ਮੱਝਾਂ ਨਹੀਂ ਲੱਭਣੀਆਂ। ਬਿਲਕੁਲ ਜੀ, ਇੱਦਾਂ ਆ ਦੋਸਤੋ ਨਾਲ ਪਿਆਰ ਮੁਹੱਬਤ ਹੋਏਗਾ ਜੀ, ਤੇ ਬਾਗ ਦੇ ਵਿੱਚੋਂ ਫੁੱਲ ਚੁਗਣ ਵਾਲੀ ਗੱਲ ਜੇ ਜੀ, ਆਹ ਦੋਸਤਾਂ ਨਾਲ ਪਿਆਰ ਮੁਹੱਬਤ ਹੋਏਗਾ। 6,50,000 ਦਾ ਫਿਲਹਾਲ ਜੋੜਾ ਹੈ, ਆਹ ਦੋਸਤਾਂ ਨਾਲ ਪਿਆਰ ਮੁਹੱਬਤ ਹੋਏਗਾ ਜੀ। ਹੋ ਜਾਏਗਾ, ਠੀਕ ਹੋ ਗਿਆ, ਚੋਣ ਚੰਗਾ ਹੋਏਗਾ ਜੀ। ਚੋਣ ਚੰਗਾ ਨੀ, ਮੈਂ ਮੁੱਲ ਹੀ ਬੜੇ ਜਾਇਜ਼ ਕੀਤੇ ਭਾਈ ਫਕਰ। ਚਲੋ ਚਲੋ ਠੀਕ ਹੋ, ਪਿਆਰ ਮੁਹੱਬਤ ਹੋਸੀ ਨਾ ਇਨਸ਼ਾਅੱਲਾ। ਜੀ ਲੈ ਤੀਸਰਾ ਨੰਬਰ ਤੇ ਜਾਨਵਰ ਕਰਕੇ ਨਾ ਬੈਜ ਜੀ, ਤੀਸਰਾ ਨੰਬਰ ਤੇ ਜਾਨਵਰ ਦਿਖਾ ਰਹੇ, ਡਿਟੇਲ ਦਿਓ ਜੀ। ਭਾਈ ਫਕਰ ਪਹਿਲਾ ਸੁਬਾਹ ਸੁਣਾ ਝੋਟੀ ਨੇ ਜੀ, ਤੇ ਮਾਸ਼ਾਅੱਲਾ ਸੁਣਵਾ ਝੋਟੀ ਨੂੰ, ਹੁਸਨ ਕਿੰਨਾ ਜੇ, 5 ਕਲਿਆਣ ਪੂਰੀ। ਬਿਲਕੁਲ, ਪੈਰ ਦੋਤੇ ਹੋਣ ਥੱਲੂ ਦਿਖਾ ਦਿਓ ਕੈਮਰਾਮੈਨ, ਚਾਰੇ ਪੈਰ ਸਫੇਦ ਨੇ, ਥਾਣ ਇੱਕ ਸਫੇਦ ਜੇ, ਤੇ ਮਾਂ ਨੂੰ ਥਾਣ ਵੇਖੋ ਕਿੱਡਾ ਪਿਆਰਾ ਲੱਗਾ ਅੰਬਾ ਮਰੰਗਾ। ਬਿਲਕੁਲ ਡੰਗ ਲੈਂਦੀ 10-12, ਬਾਕੀ ਤੁਹਾਡੇ ਸਾਹਮਣੇ ਉੱਠਾ ਤੇ ਜਾਣ ਵਹਾ ਦਿਓ ਪਹਿਲਣ ਨੂੰ, ਇਹ ਜੇ ਸਿਆਲਕੋਟ ਦੇ ਮਤਲਬ ਦੀ। ਠੀਕ ਹੋ ਗਿਆ, ਬਾਕੀ ਥਾਣ ਦਿਖਾ ਦਿਓ, ਇਹ ਦੇਖੋ ਬਿਲਕੁਲ ਮੁੱਠੀ ਭਰ ਪਿਆਰਾ ਖੂਬਸੂਰਤ, 8-10 ਡੰਗ ਇਹ ਵੀ ਲੈਂਦੀ ਪਹਿਲੇ ਸੂਏ ਸੋਣ ਵਾਲੀ, ਛੋਟੇ ਛੋਟੇ ਸਿੰਘ ਸੋ ਕੈਮਰਾ ਮੈਨ ਕੋ ਸਿਰ ਦਿਖਾ ਦੇ, ਦਰਮਿਆਨੇ ਕੱਦ ਦੀ ਔਰ ਦਰਮਿਆਨੀ ਵੇਲ ਦੀ, ਨਿੱਕਾ ਨਿੱਕਾ ਸਿੰਘ ਮਾਂ ਨੂੰ ਅੱਖ ਬਿੱਲੀ ਮੁੱਛ ਬੱਗੀ ਮਾਈ ਦੀ ਜੀ। ਬਿਲਕੁਲ, ਬਾਕੀ ਜਿੰਦ ਜਾਨ ਸੋਹਣੀ ਹੈ ਬੋਲ ਪੂਰੀ, ਇਨਸ਼ਾਅੱਲਾ ਥੱਲੋਂ ਵੀ ਚੰਗੀ ਬਣੇਗੀ ਔਰ ਦੁਨੀ ਕੋਲ ਹੀ, ਉਹ ਵੀ ਦਿਖਾ ਦੇ ਕੈਮਰਾਮੈਨ ਤਸੱਲੀ ਨਾਲ। ਆਜ਼ਾਦ ਕਸ਼ਮੀਰ ਵਾਲੇ ਵੀਰਾਂ ਵਾਸਤੇ ਜਾਂ ਸਿਆਲਕੋਟ ਵੀਰ ਵਾਸਤੇ ਤੋਹਫਾ ਨੇ। ਠੀਕ ਹੋ ਗਿਆ ਕੈਮਰਾਮੈਨ, ਇੱਥੋਂ ਆ ਕੇ ਦਿਖਾਓ, ਬਾਕੀ ਪਹਿਲੇ ਸੂਏ ਸੋਹਣ ਵਾਲੇ 8-10 ਦਿਨ ਲੈਂਦੀ ਹੈ, ਬਾਕੀ ਨਸੀਬ ਕਦਰ ਕਿੰਨੇ ਦਿਨ ਲੈਂਦੀ ਹੈ, ਬਾਕੀ ਸਾਡੇ ਜਿਹੜਾ ਖਿਆਲ ਦੇ ਮੁਤਾਬਿਕ 8-10 ਦਿਨ ਲੈਂਦੀ ਹੈ। ਕੀਮਤ ਕਰੋ ਭਾਈ ਮੁਸਤਾਕ, 3,00,000 ਦੀ ਫਾਈਨਲ ਦੇ ਦਿਆਂਗੇ ਝੋਟੀ।
3 lakh ਦੀ? ਨਹੀਂ ਇੱਕੋ ਗੱਲ ਪਿਆਰ ਮੁਬਾਰਕ, ਇੱਕੋ ਗੱਲ ਫਾਈਨਲ ਫਾਈਨਲ ਕਰੋ ਜੀ, ਫਾਈਨਲ 90 ਦੀ ਫਾਈਨਲ ਦੇ ਦੇਵਾਂਗੇ, 2 lakh ਤੇ 90,000 ਰੁਪਏ ਦੋਸਤਾਂ, ਸਾਰਾ ਪਿਆਰ ਮੁਹੱਬਤ ਛੱਡ ਕੇ 90 ਦੀ ਫਾਈਨਲ ਦੇ ਦੇਵਾਂਗੇ, 90 ਦੇ ਵਿੱਚ ਦੇ ਦਿਓ ਗਾਏ ਦੋਸਤਾਂ ਨਾਲ ਪਿਆਰ ਮੁਹੱਬਤ ਉਸੀ ਥੋੜਾ ਬਹੁਤ ਆ ਜਾਏਗਾ ਜੀ, ਲੈ ਆ ਚੌਥੇ ਨੰਬਰ ਤੱਕ ਜੀ, ਚੌਥੇ ਤੇ ਆਪਣੀ ਕਰਾਂਗੇ ਜੀ, ਅੱਗੇ ਚੌਥੇ ਨੰਬਰ ਤੇ ਜਾਨਵਰ ਦਿਖਾ ਰਿਹਾ ਤੁਹਾਨੂੰ, ਬਿਲਕੁਲ ਜਿਹੜੀ ਜੋਟੀ ਦਾ ਪਹਿਲੇ ਤਾਰਫ ਕਰਾ ਰਹੇ ਸੀ ਕਿ ਤੁਹਾਨੂੰ ਇੱਕ ਨਸਲ ਜ਼ਾਤ ਵਾਲੀ ਜੋਟੀ ਦਿਖਾਣੀ ਹੈ, ਉਹ ਤੁਸੀਂ ਜੋਟੀ ਦੇਖਣੀ ਹੈ, ਬਿਲਕੁਲ ਤਸੱਲੀ ਕਰਨੀ ਆਪਣੀ ਲਿਬਾਸ ਦੀ ਤਸੱਲੀ ਕਰਨੀ ਹੈ, ਥਣ ਦੀ ਤਸੱਲੀ ਕਰਨੀ ਹੈ, ਔਰ ਦੁੱਧ ਦੀਆਂ ਇਨਸ਼ਾਅੱਲਾ ਸਾਡੀਆਂ ਖੁਦ ਦੀਆਂ ਗਰੰਟੀਆਂ ਆਉਣਗੀਆਂ ਕਿ ਕਿੰਨਾ ਦੁੱਧ ਦੇਣ ਵਾਲੀ ਹੈ ਮੱਝ, ਨਸਲ ਜ਼ਾਤ ਵਾਲੀ ਔਰ ਜੂਹ ਵਾਲੀ ਜੋਟੀ ਜੀ, ਬਿਲਕੁਲ ਪਹਿਲਾ ਸੁਆ ਸੂਈ ਹੈ ਮੱਝ, ਬਿਲਕੁਲ ਦੁੱਧ ਵਾਲੀ ਹੈ, ਕਨਫਰਮ ਗਰੰਟੀਆਂ ਨਾਲ ਹੈ, ਤੁਹਾਨੂੰ ਦਿਖਾ ਰਿਹਾ ਤਾਂ ਥਣ ਲਿਬਾਸ ਦਿਖਾ ਰਿਹਾ, ਇੱਧਰ ਕੈਮਰਾਮੈਨ ਆ ਕੇ ਦਿਖਾਓ ਨਾ ਲਿਬਾਸ ਨਜ਼ਰ ਆ ਰਿਹਾ, ਇਹ ਦੇਖੋ ਬਿਲਕੁਲ ਮਾਸ਼ਾਅੱਲਾ ਸੀਲ ਅਸ਼ਰਾਫ ਵੀ ਹੈ ਤੁਹਾਡੇ ਸਾਹਮਣੇ, ਮੁੱਠੀ ਬਾਰ ਪਿਆਰਾ ਖੂਬਸੂਰਤ ਥਣ ਕੋਲੀ ਦਿਖਾ ਦੇ, ਬਿਲਕੁਲ ਔਰ ਪਾਵਰ ਜੀ ਪਾਵਰ ਵਾਲਾ ਥਣ ਲੱਗਾ, ਸਿਰ ਦਿਖਾ ਦਿਓ, ਪਸ਼ਮ ਵੇਖੋ ਨਾ ਮਾਝ ਦੇ ਜਿਸਮ ਤੇ ਪਸ਼ਮ ਕਿਵੇਂ, ਇਹ ਜੋਟੀ ਨੂੰ ਨਹੀਂ ਵੇਖਣਾ, ਜੋਟੀ ਦੀ ਨਸਲ ਜ਼ਾਤ ਨੂੰ ਵੇਖਣਾ, ਦੁੱਧ ਕਿੰਨਾ ਕਰਦੀ ਪੀ ਜੀ, 14 ਲੀਟਰ ਇਸ ਟਾਈਮ ਪੱਕਾ ਦੁੱਧ ਸਾਰਾ, ਬਿਲਕੁਲ 14 ਲੀਟਰ ਚ ਕੁਝ ਘਟਾ ਕੇ ਤੁਸੀਂ ਦੱਸ ਦਿਓ ਤਾਂ ਕਿ ਦੋਸਤਾਂ ਨੂੰ ਲੱਭ ਜੇ ਦੁੱਧ ਨਾ, ਆਪਾਂ ਹੱਥੀ ਚੋਇਆ ਘਰ ਦੀ ਝੋਟੀ ਹੈ, ਤੁਹਾਨੂੰ ਦੱਸਿਆ ਕਿ ਬਿਲਕੁਲ ਉਹ ਜੀ ਮੈਨੂੰ ਪਤਾ ਵੀ ਦੁੱਧ ਵਾਲੀ ਚੰਗੀ ਹੈ, ਦੁੱਧ ਦੀ ਨਸਲ ਜ਼ਾਤ ਵਾਲੀ ਹੈ, ਲੇਕਿਨ ਇਹ ਮੈਂ ਕਹਿੰਦਾ ਕੋਈ ਦੋਸਤ ਇੱਥੇ ਆਵੇ ਕਿਲੋ ਵਧਣਾ ਚਾਹੀਦਾ, ਵਧਣਾ ਚਾਹੀਦਾ ਇਨਸ਼ਾਅੱਲਾ, ਤੇ ਕਿੰਨਾ ਸੀ ਪੱਕਾ ਤੁਸੀਂ ਚੁਆ ਕੇ ਦੋ ਟਾਈਮ ਦਾ? 14 ਕਿਲੋ ਦੁੱਧ ਪੱਕਾ, ਜਿਹੜਾ ਮਰਜ਼ੀ 2 ਟਾਈਮ ਆਣ ਕੇ ਭਾਈ ਵੇ, ਜਿਹੜਾ ਮਰਜ਼ੀ ਆਣ ਕੇ ਚੋਵੇ, ਬਿਲਕੁਲ ਜਵਾਲ ਵਾਲੇ ਦੋਸਤਾਂ ਵਾਸਤੇ ਤੋਹਫਾ ਹੈ ਜੀ, 20 ਦਿਨ ਦੀ ਸੂਈ ਹੋਈ ਹੈ ਤੇ ਪਹਿਲੇ ਦਿਨ ਦੇ ਵਿੱਚ ਦੂਸਰਾ ਪਹਿਲੇ ਸੂਏ ਦੇ ਵਿੱਚ ਸੂਈ ਹੈ, 14 ਲੀਟਰ ਕਨਫਰਮ ਗਰੰਟੀ ਦਾ ਦੁੱਧ ਦਿੰਦਾ ਜੀ, ਰਾਤ ਦਾ ਤੁਹਾਨੂੰ ਪਤਾ ਬੱਚਾ ਮਰ ਗਿਆ, ਤੁਹਾਨੂੰ ਦੱਸਿਆ ਵੀ ਅੱਗੇ ਤੇ ਬੱਚਾ ਦਾ ਖੱਟੀ ਸੀ ਬੜੀ ਸੋਹਣੀ ਤੇ ਬੜੇ ਸ਼ੌਕ ਨਾਲ ਰੱਖੀ ਪਾਲੀ ਸੀ, ਜਿਹੜਾ ਬੱਚਾ ਇਹਦਾ ਫੌਤ ਹੋ ਗਿਆ, ਕੱਟੀ ਸੀ ਥੱਲੇ ਰਾਤ ਨੂੰ ਫੌਤ ਹੋ ਗਈ ਹੈ, ਤੇ ਇਹ ਬਿਲਕੁਲ ਤੁਹਾਨੂੰ ਜੋਟੀ ਇਨਸ਼ਾਅੱਲਾ ਮੁਨਾਸਿਬ ਰੇਟ ਤੇ ਦਿਖਾ ਰਿਹਾ, ਮੁਸ਼ਤਾਕ ਭਾਈ ਰੇਟ ਕਰੋ ਜੀ, ਲੈ ਵਾਪਸ ਰੇਟ ਕਰੋ ਜੀ, ਫਗਰ ਫਾਈਨਲ 3 lakh 20,000 ਦੀ ਦੇ ਦੇਗਾ ਮਾਈ, ਮੈਂ 3.5 ਦਿਨ ਨਹੀਂ ਵੇਖਣੀ ਘਰ ਆਈ, ਸਹੀ ਹੋ ਗਿਆ ਜੀ, ਮੱਝ ਇਹਨਾਂ ਨੇ ਘਰ ਦੇ ਵਿੱਚ ਸ਼ੌਕ ਦੀ ਰੱਖੀ ਸੀ ਦੁੱਧ ਵਾਸਤੇ ਕਿ ਕੋਈ ਚਾਹ ਚੂ ਆਪਣਾ ਬਣਾਈ ਰੱਖਾਂਗੇ, ਬਿਲਕੁਲ ਤੇ ਮੱਝ ਸੇਲ ਕਰਨਾ ਨਹੀਂ ਚਾਹੁੰਦੇ ਸੀ, 3.5 ਲੱਖ ਕਹਿ ਰਹੇ ਨੇ ਕਿ ਇਹਨੇ ਦੀ ਸੇਲ ਕਰਨੀ ਸੀ, ਲੇਕਿਨ ਬੱਚਾ ਮਰ ਗਿਆ, ਸੋ 3 ਲੱਖ ਤੇ 20,000 ਰੁਪਏ ਡਿਮਾਂਡ ਕਰਦੇ, ਪਿਆਰ ਮੁਹੱਬਤ ਹੋਰ ਕਰਕੇ ਫਾਈਨਲ ਇੱਕੋ ਗੱਲ ਦੱਸੋ ਜੀ, 3 lakh 10,000 ਦਾ ਪਿਆਰ ਮੁਹੱਬਤ ਕਰਕੇ 3 lakh ਤੇ 10,000 ਰੁਪਏ, ਹਾਂਜੀ ਦੋਸਤਾਂ ਨਾਲ ਪਿਆਰ ਮੁਹੱਬਤ ਹੋ ਜਾਏਗਾ ਜੀ, ਇਨਸ਼ਾਅੱਲਾ ਹੋ ਜਾਏਗਾ ਜੀ, ਲੈ ਆਓ ਕੇ 5ਵੇਂ ਨੰਬਰ ਤੇ ਜੀ, ਜੀ ਅੱਗੇ 5ਵੇਂ ਨੰਬਰ ਤੇ ਜਾਨਵਰ ਦਿਖਾ ਰਹੇ ਹਾਂ, ਡਿਟੇਲ ਦਿਓ ਜੀ, ਤੀਸਰੇ ਸੂਏ ਦੇ ਵਿੱਚ ਕੱਲ ਸੂਈ ਹੈ ਜੀ, ਥੱਲੇ ਕੱਟੀ ਜੀ ਕੱਟਾ, ਮਗਰ ਕੱਟਾ ਜੀ ਸਾਹਮਣੇ, ਇਹ ਕੱਟਾ ਜੀ ਕੈਮਰਾਮੈਨ ਦਿਖਾ ਦਿਓ ਨਾਲ, ਇਹ ਕੱਟਾ ਜੀ ਕੱਲ ਦੀ ਸੂਈ ਹੋਈ, ਤੀਸਰੇ ਸੂਏ ਦੇ ਵਿੱਚ ਸੂਈ, ਕਿੰਨਾ ਫਿਰ ਬੋਲਾ ਚੋਇਆ ਜੀ? 4.5 ਕਿਲੋ ਬੱਚੇ ਨੂੰ ਚੁੰਗਾ ਕੇ, ਕਿੰਨੀ ਉਮੀਦ ਕੀਤੀ ਜਾ ਸਕਦੀ ਹੈ ਦੁੱਧ ਦੇਗੀ ਇਹ ਮੱਝ? ਇਨਸ਼ਾਅੱਲਾ ਮੱਝ ਦੁੱਧ ਦੇਗੀ 12-14 ਕਿਲੋ, 12-14 ਲੀਟਰ ਦੀ ਉਮੀਦ ਕੀਤੀ ਜਾ ਸਕਦੀ ਕਿ ਇੰਨਾ ਕੁ ਦੁੱਧ ਦੇਗੀ, ਬਾਕੀ ਨਸੀਬ ਮੁਕੱਦਰ ਕਿੰਨਾ ਕਰਦੀ ਹੈ, ਬਾਕੀ ਸਾਡੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਥਣ ਦਿਖਾਣੇ,
ਲਿਬਾਸ ਦਿਖਾਉਣਾ ਔਰ ਤਸਲੀਆਂ ਕਰਾਣੀਆਂ। ਤੁਸੀਂ ਅੱਗੇ ਖੁਦ ਦੇਖ ਸਕਦੇ ਹੋ ਕਿ ਕਿੰਨਾ ਕੁ ਦੁੱਧ ਕਰੇਗੀ। ਇਹ ਲੈਣਾ ਦੇਣਾ ਨਸੀਬ ਮੁਕੱਦਰ ਹੈ, ਬਾਕੀ ਕੁਝ ਪਾਣਾ ਹੈ ਤੇ ਕੁਝ ਚੋਣਾ ਹੈ, ਠੀਕ ਹੈ। ਐਵੇਂ ਨਹੀਂ ਕਿ ਜਾ ਕੇ ਬੂਹ ਤੇ ਬੰਨ ਦਿਓ ਤੇ ਕਹੋ ਅਸੀਂ 14 ਲੀਟਰ ਚੋ ਲਈਏ। ਕੈਮਰਾਮੈਨ ਲਿਬਾਸ ਦਿਖਾਓ ਜ਼ਿੰਮੇਦਾਰੀ ਨਾਲ, ਤਸੱਲੀ ਨਾਲ, ਵਿਥ ਵਿਰਾਲ ਦਿਖਾ ਦਿਓ ਤਸੱਲੀ ਨਾਲ। ਖਾਣ ਮਾਜ ਦਾ ਭਾਵ ਕਿੱਡਾ ਪਾਵਰ ਵਾਲਾ ਲੱਗਾ, ਦੁੱਧ ਵਾਲਾ ਚਾਹ ਮਾਇਨ ਬੜੇ ਚੰਗੇ ਲੱਗੇ ਨੇ, ਅੱਗੋ ਪੁੱਠਾ ਪੁੜਾ ਮਾਇਨ ਭਾਵ ਚੰਗਾ। ਇਹ ਦਿਖਾ ਦਿਓ ਬਿਲਕੁਲ, ਪੈਸਾ ਘਰ ਹੁਣੀ ਆਈ ਹੈ, ਤਵੀਰ ਕੇ ਮੱਝ ਆਈ ਹੈ, ਆ ਵੇਖੋ ਨਾ ਜੇ ਘਟਾ ਡਾਲੇ ਦਾ ਉਵੇਂ ਉੱਤੇ ਨੇ। ਬਿਲਕੁਲ ਜੀ, ਸਾਹਮਣੇ ਜੀ, ਠੀਕ ਹੋ ਗਿਆ, ਡਿਮਾਂਡ ਕਰੋ ਜੀ। ਪੈਸਾ ਘਰ 3,50,000 ਦੀ ਫਾਈਨਲ ਦੇ ਦਿਆਂਗੇ ਜੀ। 3,25,000 ਰੁਪਏ ਮੈਨੂੰ ਕਾਦ ਬਹੁਤ ਵਡੇਰ ਮਾਜ ਚੰਗੀ ਹੈ। ਬਿਲਕੁਲ ਸਾਰੇ ਸਾਹਮਣੇ, ਬਾਕੀ ਪਿਆਰ ਮੁਹੱਬਤ ਕਰਕੇ ਇੱਕੋ ਗੱਲ ਕਰੋ ਫਾਈਨਲ ਜੀ। 3,20,000 ਰੁਪਏ, ਖੁਸ਼ 19,000 ਹੋਰ ਵੀ ਕਰ ਦਿਓ ਪਿਆਰ ਮੁਹੱਬਤ। ਮਾਜ ਤਾਂ ਮੈਂ ਦੇਖਦਾ ਪਿਆ ਬਿਲਕੁਲ ਤੁਹਾਡੇ ਸਾਹਮਣੇ, ਤੁਹਾਡੇ ਵੀ ਸਾਹਮਣੇ ਤੇ ਮੇਰੇ ਵੀ ਸਾਹਮਣੇ, ਲੇਕਿਨ ਕੁਛ 19,000 ਪਿਆਰ ਮੁਹੱਬਤ ਹੋਰ ਵੀ ਕਰੋ। 3,15,000 ਰੁਪਏ ਆ ਦੋਸਤਾਂ ਨਾਲ ਪਿਆਰ ਮੁਹੱਬਤ ਹੋ ਜਾਏਗਾ, ਹੋ ਜਾਏਗਾ। ਲੈ ਆਓ ਜੀ 6ਵੇਂ ਨੰਬਰ ਤੱਕ ਜੀ, ਜੀ 6ਵੇਂ ਨੰਬਰ ਤੱਕ ਦਿਖਾ ਰਹੇ ਜਾਨਵਰ, ਡਿਟੇਲ ਦਿਓ ਜੀ। ਠੀਕ ਹੋ ਗਿਆ ਜੀ, ਬਿਲਕੁਲ ਬਹੁਤ ਮਾਸ਼ਾਅੱਲਾ ਤਕੜੇ ਕਾਟ ਦੀ ਮਾਲਕ ਔਰ ਚੰਗੀ ਵੇਲ ਦੀ ਮਾਲਕ, ਮੁੱਠੀ ਬਰ ਪਿਆਰਾ ਖੂਬਸੂਰਤ ਥਾਣ ਹੈ ਤੁਹਾਡੇ ਸਾਹਮਣੇ। ਲਿਬਾਸ ਤੁਸੀਂ ਖੁਦ ਦੇਖਣਾ ਹੈ ਬਿਲਕੁਲ, ਇਹ ਦੇਖੋ ਕੈਮਰਾਮੈਨ ਤਸੱਲੀ ਨਾਲ ਤੁਹਾਨੂੰ ਦਿਖਾ ਰਿਹਾ ਜੀ। ਵੀਡੀਓ ਬਣਦੀ ਪਈ ਹੈ ਤੁਹਾਨੂੰ ਪਤਾ, ਸੂਈ ਹੋਈ ਜਾਂ ਸੂਣ ਵਾਲੀ ਜੀ, ਸੂਈ ਹੋਈ ਕਿੰਨੇ ਦਿਨ ਦੀ ਜੀ? ਸੱਤ ਕਿਲੋ ਇਸ ਟਾਈਮ ਦੁੱਧ ਦੇ ਬੱਚੇ ਤੋਂ ਇਲਾਵਾ, ਬੱਚੇ ਤੋਂ ਛੱਡ ਕੇ, ਬੱਚੇ ਨੂੰ ਬੱਚਾ ਥੱਲੇ ਕੱਟੀਏ, ਕੱਟਾ ਜੀ, ਠੀਕ ਹੋ, ਲੈ ਚਲੋ ਵਾਪਸ, ਲੈ ਚੱਲ ਬਾਈ। ਬਾਕੀ ਕਦ ਬਹੁਤ ਤੁਸਾਂ ਦਿਖਾਣਾ ਕੈਮਰਾਮੈਨ, ਇਹ ਤੁਹਾਡੀ ਜ਼ਿੰਮੇਦਾਰੀ ਹੁੰਦੀ ਹੈ, ਵੇਲ ਦਿਖਾਣੀ ਹੈ ਕਿ ਚੰਗੀ ਤਗੜੀ ਵੇਲ ਹੈ ਮਾਸ਼ਾਅੱਲਾ, ਔਰ ਕਦ ਬਹੁਤ ਦੀ ਬਿਲਕੁਲ ਸੋਹਣੀ ਹੈ, ਦੁਨੀ ਕੋਲ ਨਾਲ ਦੇ ਬਰਾਬਰ ਹੈ ਜੀ। ਬਾਕੀ ਥਣ ਮੁੱਠੀ ਬਾਰ ਪਿਆਰਾ ਖੂਬਸੂਰਤ ਫਲ ਵੀ ਦਿਖਾ ਦੇਣਾ, ਡਿਮਾਂਡ ਕਰੋ ਬਾਈ ਮੁਸ਼ਾਕ। ਫਲ ਕਿਹੜਾ ਹੈ ਜੀ? ਹੈ ਜੀ, ਇਹ ਕੱਟਾ ਜੀ ਇਹਦੇ ਥੱਲੇ ਦੇਖੋ ਮਾਸ਼ਾਅੱਲਾ, ਤਸੱਲੀਆਂ ਕਰੋ। ਔਰ ਕੈਮਰਾਮੈਨ ਨਾੜੂਆ ਦਿਖਾ, ਨਾੜੂਆ ਥੱਲੇ ਜ਼ਿੰਮੇਦਾਰੀ ਨਾਲ ਫਲ ਮਾਸ਼ਾਅੱਲਾ ਤਕੜਾ, ਕੋਈ ਦੋਸਤ ਇਹ ਨਾ ਕਵੇ ਕਿ ਜ਼ਿਆਦਾ ਦਿਨ ਦੀ ਸੂਈ ਹੋਈ ਹੈ, 3 ਦਿਨ ਦੀ ਸੂਈ ਹੋਈ ਹੈ, ਫਲ ਮਾਸ਼ਾਅੱਲਾ ਤਕੜਾ ਤੁਹਾਡੇ ਸਾਹਮਣੇ, ਨਾੜੂਆ ਤੁਹਾਨੂੰ ਦਿਖਾ ਦਿੱਤਾ, ਡਿਮਾਂਡ ਕਰੋ ਜੀ। 3,10,000 ਰੁਪਏ ਪਿਆਰ ਮੁਹੱਬਤ ਕਰਕੇ ਫਾਈਨਲ ਗੱਲ ਕਰੋ, ਪੂਰੇ 3 ਦੀ, 3 ਵਾਲਾ ਕੰਮ ਥੋੜਾ ਜਿਹਾ ਹੋਰ ਘਟਾ ਛੱਡੋ, ਥੋੜਾ ਜਿਹਾ ਨਾ ਵੱਡਾ ਹੈ, ਥੋੜਾ ਨਾ ਵੱਡਾ 3 ਦਾ, ਥੋੜਾ ਜਿਹਾ ਪਿਆਰ ਮੁਹੱਬਤ ਹੋਰ ਕਰੋ, ਵੱਡਾ ਕੋਈ ਨੀ ਹੁਣ, ਵੱਡਾ ਕੋਈ ਨੀ, ਜਿਹੜਾ ਅੱਲਾ ਦੇ ਬੰਦਾ, ਜੇ ਤੂੰ ਕੁਝ ਘਟਾ ਦਿੱਤਾ ਤਾਂ 2 ਤੋਂ ਕੰਮ ਸ਼ੁਰੂ ਹੋਣਾ, ਹੁਣ 3 ਵਾਲਾ ਕੰਮ ਨਾ ਵੱਡਾ, ਥੋੜਾ ਜਿਹਾ ਪਿਆਰ ਮੁਹੱਬਤ ਹੋਰ ਘੱਟ ਕਰ ਲੋ, 2,98,000 ਰੁਪਏ ਆਹ ਦੋਸਤੋ ਨਾਲ ਪਿਆਰ ਮੁਹੱਬਤ ਹੋ ਜਾਸੀ, 2,98,000 ਰੁਪਏ ਲਾਸਟ ਵਾਲੀ ਮਾਈ ਦੀ ਕੀਮਤ, 6 ਜਾਨਵਰ ਤੁਹਾਨੂੰ ਦਿਖਾਏ ਨੇ ਕੈਮਰਾਮੈਨ, ਇੱਕ ਵਾਰ ਸਾਰਿਆਂ ਜਾਨਵਰਾਂ ਤੇ ਲਗਾ ਦੇ, ਇਹ ਦੇਖੋ 6 ਜਾਨਵਰ ਤੁਹਾਨੂੰ ਦਿਖਾਏ ਨੇ ਮਾਸ਼ਾਅੱਲਾ, ਖੂਬਸੂਰਤ ਇੱਕ ਦੂਸਰੇ ਤੋਂ ਅੱਛੇ, ਔਰ ਪਹਿਲਾਂ ਨਾ ਦੂਜੇ ਨਾਲ ਜੋਟੀਆਂ ਤੁਹਾਡੇ ਸਾਹਮਣੇ, 3 ਤੁਹਾਨੂੰ 4 ਪਹਿਲਾਂ ਨਾਲ ਦਿਖਾਈਆਂ ਨੇ, ਔਰ ਬਹੁਤ ਹੀ ਨਿਹਾਇਤ ਮੁਨਾਸਿਬ ਰੇਟਾਂ ਤੇ ਦੇਖ ਕੇ ਪਸੰਦ ਕਰਕੇ ਖਰੀਦ ਸਕਦੇ ਹੋ। ਅਗਲੀ ਵੀਡੀਓ ਤੱਕ ਦਿਓ ਇਜਾਜ਼ਤ, ਅੱਲਾ ਹਾਫਿਜ਼।